ਗੁਰੂ ਤੇਗ ਬਹਾਦਰ ਟ੍ਰੇਨਿੰਗ ਐਂਡ ਟੈਕਨੀਕਲ ਐਜੂਕੇਸ਼ਨ ਸੰਸਥਾ ਵੱਲੋਂ, ਜੋ ਕਿ BA ਦੇ ਵਿਦਿਆਰਥੀਆਂ ਵੱਲੋਂ ਇੱਕ ਨਾਵਲ ਤਿਆਰ ਕੀਤਾ ਗਿਆ ਹੈ ਜਿਸ ਦਾ ਨਾਂ ਹੈ ਕਣਕ ਦੀ ਬਲੀ। ਚਲੋ ਆਓ ਆਪਾਂ ਦੇਖਦੇ ਹਾਂ। ਤਾਂ ਉਹ ਆਪਣੀਆਂ ਸਹੇਲੀਆਂ ਨਾਲ ਮੇਲੇ ਵਿੱਚ ਪਹੁੰਚੀ ਹੋਈ ਸੀ। ਹੱਸ ਰਹੀ ਸੀ ਕਿ ਰਾਹ ਵਿੱਚ ਬਹੁਤ ਜ਼ਿਆਦਾ ਘੱਟਾ ਸੀ ਅਤੇ ਜੁੱਤੀ ਝਾੜ ਰਹੀ ਆ ਕਿ ਬਹੁਤ ਜ਼ਿਆਦਾ ਘੱਟਾ ਸੀ। ਜੇ ਕਿਤੇ ਪਾਣੀ ਹੁੰਦਾ ਤਾਂ ਉਹ ਆਪਣੇ ਪੈਰ ਹੀ ਧੋ ਲੈਂਦੀ। ਅਤੇ ਇਸ ਤੋਂ ਬਾਅਦ ਉਹ ਦੱਸ ਰਹੀ ਸੀ ਕਿ ਆਪਣੀਆਂ ਸਹੇਲੀਆਂ ਨੂੰ ਕਿ ਮੇਰਾ ਮਾਮਾ ਆਖਦਾ ਸੀ ਖਬਰਦਾਰ ਜੇ ਮੜਕ ਮੋਜੇ ਮੇਲੇ ਪਾ ਕੇ ਗਈ ਅਤੇ ਮੈਨੂੰ ਤਾਂ ਪਤਾ ਸੀ ਉਹਨੇ ਵੇਚ ਕੇ ਦਾਰੂ ਦੀ ਬੋਤਲ ਖਰੀਦ ਲੈਣੀ ਤਾਂ ਮੈਂ ਪਾ ਕੇ ਆਈ। ਮੇਲੇ ਵਿੱਚ ਘੁੰਮਦਿਆਂ ਘੁੰਮਦਿਆਂ ਉਸ ਮੇਲੇ ਵਿੱਚ ਉਸ ਨੂੰ ਫੱਫੇ ਕੁੱਟਣੀ ਵੀ ਮਿਲ ਪਈ। ਤਦ ਉਸ ਦੇ ਵਿੱਚ ਵੱਜਦੀ ਹੈ ਅਤੇ ਉਹ ਡਿੱਗ ਪੈਂਦੀ ਹੈ ਅਤੇ ਉਹ ਫਟਕਾਰਾ ਦਿੰਦੀ ਹੋਈ ਚਲੀ ਜਾਂਦੀ ਹੈ। ਬੱਚਣਾ ਚੂੜੀਆਂ ਦੀਆਂ ਆਵਾਜ਼ਾਂ ਦਿੰਦਾ ਹੋਇਆ, ਹੋਕਾ ਮਾਰਦਾ ਹੋਇਆ, ਚੂੜੀਆਂ ਚੜਾ ਲਓ, ਚੂੜੀਆਂ ਚੜਾ ਲਓ। ਅਤੇ ਉਹਨਾਂ ਦੇ ਲਾਗੇ ਕੁੜੀਆਂ ਸਾਰੀਆਂ ਇਕੱਠੀਆਂ ਹੋ ਕੇ ਉਹਨੂੰ ਚੀਕ ਝਾੜਾ ਪਾ ਲੈਂਦੀਆਂ ਨੇ। ਬੱਚਣਾ ਘਰ ਜਾ ਕੇ ਆਪਣੀ ਮਾਂ ਨੂੰ ਦੱਸਦਾ ਕਿ ਮਾਂ ਅੱਜ ਚੂੜੀਆਂ ਸਾਰੀਆਂ ਵਿਕ ਗਈਆਂ, ਅੱਜ ਤਾਂ ਦੋ ਵੀ ਟੁੱਕਦੇ ਲੈ ਕੇ ਜਾਂਦਾ ਉਹ ਵੀ ਵਿਕ ਜਾਣੇ ਸੀਗੇ। ਅਤੇ ਉਸ ਦੀ ਮਾਂ ਕਹਿੰਦੀ ਪਿਛਲੀ ਵਾਰ ਤਾਂ ਕੁਛ ਹਾਲ ਨਹੀਂ ਸੀ, ਪਿਛਲੀ ਵਾਰ ਤਾਂ ਇੱਕ ਵੀ ਨਹੀਂ ਵਿਕਿਆ ਟੁੱਕਦਾ। ਅਤੇ ਕਈ ਵਾਰ ਇਹ ਵੀ ਬਹਾਲ ਹੁੰਦੀ ਹੈ, ਕਈ ਵਾਰ ਵਿਕ ਜਾਂਦੀਆਂ ਕਈ ਵਾਰ ਨਹੀਂ। ਬੱਚਣਾ ਦੱਸਦਾ ਹੋਇਆ ਆਪਣੀ ਮਾਂ ਨੂੰ ਕਿ ਇੱਕ ਕੁੜੀ ਸੋਹਣੀ ਆਈ ਸੀਗੀ, ਉਹਨੇ ਲਾਲ ਕਲਰ ਦੀ ਫੁਲਕਾਰੀ ਲਈ ਹੋਈ ਸੀ, ਉਹਨੇ ਚੂੜੀਆਂ ਚੜ੍ਹਾਈਆਂ ਤਾਂ ਮੇਰੀਆਂ ਸਾਰੀਆਂ ਵਿਕ ਗਈਆਂ। ਇਸ ਤਰ੍ਹਾਂ ਉਹਨਾਂ ਦੀ ਇੱਕ ਦੂਜੇ ਨਾਲ ਮੁਲਾਕਾਤ ਹੋਈ ਅਤੇ ਇੱਕ ਦੂਜੇ ਨੂੰ ਮਿਲਣਾ ਸ਼ੁਰੂ ਕਰ ਦਿੱਤਾ। ਤਾਂ ਉਹ ਗੱਲਾਂ ਕਰਦੀ ਹੋਈ ਨੇ ਉਹਨੇ ਦੱਸਿਆ ਕਿ ਮੈਨੂੰ ਖੂਹ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਕਿਉਂਕਿ ਮੇਰਾ ਪਿਓ ਖੂਹ ਵਿੱਚ ਹੀ ਡਿੱਗਣ ਨਾਲ ਮੌਤ ਹੋਈ, ਇਸ ਕਰਕੇ ਮੈਨੂੰ ਖੂਹ 'ਚ ਬਹੁਤ ਡਰ ਲੱਗਦਾ ਹੈ। ਇਸ ਤੋਂ ਬਾਅਦ ਜਿਹੜੀ ਤੰਬੂ ਆ ਉਹ ਮਾੜੂ ਨੂੰ ਪੁੱਛਦੀ ਆ ਕਿ ਤੂੰ ਪੀਂਦਾ ਰਹਿੰਦਾ, ਕੀ ਗੱਲ ਮੇਲੇ ਨਹੀਂ ਗਿਆ, ਕੁਛ ਲਿਆਂਦਾ ਜਾਂ ਵੇਚਿਆ ਜਾਂ ਖਰੀਦਿਆ ਹੋਵੇ? ਅਤੇ ਉਹ ਕਹਿੰਦਾ ਮੈਂ ਨਹੀਂ ਕੁਛ ਵੀ ਖਰੀਦਿਆ, ਉਹ ਚਲਾ ਜਾਂਦਾ ਹੈ। ਇਸ ਤੋਂ ਬਾਅਦ ਮੰਗਤ ਜਿਵੇਂ ਹੀ ਘਰ ਆਉਂਦਾ ਹੈ ਤਾਂ ਬੋਲਣ ਲੱਗ ਪੈਂਦੀ ਠਾਕਰੀ ਕਿ ਮਿਲ ਗਿਆ ਫਿਰ ਤੈਨੂੰ ਘਰ ਆਉਣ ਦਾ? ਅਤੇ ਉਹ ਕਹਿੰਦਾ ਜੇ ਤੈਨੂੰ ਪਤਾ ਹੈ ਮੇਰੇ ਘਰ ਆਉਣ ਦਾ ਟਾਈਮ ਇਹ ਹੈ ਤਾਂ ਪੁੱਛਦੀ ਖਾਤੋਂ ਹੈ। ਅਤੇ ਫਿਰ ਉਹ ਕਹਿ ਰਹੀ ਹੈ ਕਿ ਜਿੰਨਾ ਚਿਰ ਮੈਂ ਇਸ ਘਰ ਵਿੱਚ ਹੈ ਮੈਂ ਤਾਂ ਪੁੱਛਣਾ ਹੀ ਹੈ। ਠਾਕਰੀ ਬੋਲਦੀ ਹੋਈ ਇਹ ਵੀ ਵਿੱਚ ਬੋਲਦੀ ਹੈ ਤੀਵੀਂ ਦੇਖੀ ਜਾਂ ਕੁੱਕੜਾਂ ਦੀ ਲੜਾਈ? ਅਤੇ ਮੰਗਤ ਬੋਲਦਾ ਕੁੱਕੜਾਂ ਦੀ ਲੜਾਈ ਤੇਰੀ ਲੜਾਈ ਨਾਲੋਂ ਵੀ ਚੰਗੀ ਹੈ। ਇਸ ਤਰ੍ਹਾਂ ਉਹਨਾਂ ਦੀ ਦੋਨਾਂ ਦੀ ਆਪਸ ਵਿੱਚ ਬਹੁਤ ਜ਼ਿਆਦਾ ਬਹਿਸ ਵਸਾਈ ਹੁੰਦੀ ਹੈ ਅਤੇ ਇੱਕ ਦੂਜੇ ਨਾਲ ਬਹਿਸ ਵਸਾਈ ਵਿੱਚ ਕਾਫੀ ਇੱਕ ਦੂਜੇ ਨੂੰ ਬੋਲ ਬੁਲਾਰਾ ਕਰਦੇ ਨੇ। ਇਸ ਤੋਂ ਬਾਅਦ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤਾਂਬਾ ਜਿਵੇਂ ਗਲੀ ਵਿੱਚੋਂ ਲੰਘ ਰਹੀ ਹੁੰਦੀ ਹੈ ਅਤੇ ਉਹ ਦੇਖਦੀ ਹੈ ਕਿ ਠਾਕਰੀ ਆਪਣੇ ਘਰ ਵਾਲੇ ਨਾਲ ਲੜ ਰਹੀ ਹੈ, ਮੰਗਰ ਨਾਲ ਵਿਗੜਿਆ ਹੋਇਆ ਜ਼ਿਮੀਦਾਰ ਜੋ ਕਿ ਹੈ ਉਹਦਾ ਘਰ ਵਾਲਾ, ਉਹ ਨਾਲ ਲੜ ਰਹੀ ਹੈ, ਬੋਲ ਬਦਾਰਾ ਕਰ ਰਹੀ ਹੈ। ਉਹ ਉਸ ਨੂੰ ਬੋਲਦੀ ਹੈ ਕਿ ਤੂੰ ਆਪਣੇ ਘਰ ਜਾ, ਬਾਹਰ ਬੋਲਣ ਦਾ ਤੇਰਾ ਕੋਈ ਕੰਮ ਨਹੀਂ, ਘਰ ਜਾ ਕੇ ਰਹਿ। ਅਤੇ ਉਹ ਵੀ ਅੱਗੇ ਬੋਲ ਬਦਾਰਾ ਕਰਦੀ ਹੋਈ ਚਲੀ ਜਾਂਦੀ ਹੈ। ਮੇਲੇ ਵਿੱਚ ਤਾਂ ਉਹ ਆਪਣੀ ਸਹੇਲੀਆਂ ਨਾਲ ਪਹੁੰਚੀ ਹੋਈ ਅਤੇ ਮੰਗਰ ਵੀ ਆਪਣੇ ਨੌਕਰ ਨਾਲ ਪਹੁੰਚਿਆ ਹੋਇਆ ਸੀ ਮੇਲੇ ਵਿੱਚ। ਅਤੇ ਉਸਨੇ ਘੁੰਮਦੇ ਘੁੰਮਾਉਂਦਿਆਂ ਦੇਖਿਆ ਤਾਰੋ ਨੂੰ ਕਿ ਇੱਕ ਸੋਹਣੀ ਕੁੜੀ ਮੇਲੇ ਵਿੱਚ ਆਈ ਹੋਈ ਹੈ। ਤਾਂਬਾ ਜਦੋਂ ਮਾੜੂ ਦੇ ਘਰ ਪਹੁੰਚਦੀ ਹੈ ਉਸ ਨੂੰ ਹਾਲ ਚਾਲ ਪੁੱਛਦੀ ਹੈ ਅਤੇ ਪੁੱਛਦੀ ਹੈ ਕਿ ਹਾਲ ਹੈ, ਸੁਣਾ ਗੱਲਬਾਤ ਕੋਈ ਪਿੰਡ ਦੀ ਇੱਧਰ ਉੱਧਰ ਦੀ। ਅਤੇ ਉਸ ਲਾਗੇ ਬੈਠ ਜਾਂਦੀ ਹੈ ਅਤੇ ਉਸ ਗੱਲਾਂ ਬਾਤਾਂ ਮਾਰਦੇ ਹੋਏ ਆਪਸ 'ਚ ਉਹ ਇੱਧਰ ਉੱਧਰ ਦੀਆਂ ਬਹੁਤ ਜ਼ਿਆਦੀਆਂ ਗੱਲਾਂ ਕਰ ਰਹੀ ਸੀ। ਉਸ ਤੋਂ ਬਾਅਦ ਉਹ ਕਹਿੰਦਾ ਕੰਮ ਦੱਸ ਜਿਹੜਾ ਕੰਮ ਤੂੰ ਆਈ ਹੈ। ਇਹ ਬੋਲਦੀ ਹੋਈ ਕਿ ਤਾਰੋ ਦਾ ਰਿਸ਼ਤਾ ਲੈ ਕੇ ਆਈ ਹੈ, ਚੰਗਾ ਖਾਨਦਾਨ ਹੈ, ਪੈਸੇ ਵਾਲੇ ਨੇ, ਪੈਸਾ ਤਾਂ ਲਵੀ ਖੁੱਲ੍ਹਾ। ਉਹ ਜਦੋਂ ਪੁੱਛਦਾ ਹੈ ਮੁੰਡਾ ਕਿਹੜਾ ਹੈ ਤਾਂ ਉਹ ਜਦੋਂ ਮੱਕਰ ਦਾ ਨਾਂ ਲੈਂਦੀ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ, ਚੁੱਕ ਕੇ ਗਲਾਸ ਮਾਰਦਾ ਹੈ। ਮਾੜੂ ਜੋ ਵੀ ਤਾਰੋ ਦਾ ਮਾਮਾ ਹੈ ਇਹ ਬੋਲਦਾ ਹੈ ਕਿ ਅਸੀਂ ਨਹੀਂ ਕਰਨਾ ਉਹਦੇ ਨਾਲ, ਮੈਂ ਆਪਣੀ ਕੁੜੀ ਖੂਹ 'ਚ ਥੋੜ੍ਹਾ ਨਾ ਸੁੱਟਣੀ ਉਹਦੇ ਨਾਲ ਵਿਆਹ ਕੇ। ਅਤੇ ਉਹ ਫਿਰ ਬੋਲਦਾ ਮੈਂ ਨਹੀਂ ਕਰਨਾ, ਜਾ ਚਲੀ ਜਾ। ਉਹ ਉਸ ਨੂੰ ਬਹੁਤ ਸਮਝਾਉਂਦੀ ਹੋਈ, ਲਾਲਚ ਦਿੰਦੀ, ਸ਼ਰਾਬ ਦਾ ਬੋਤਲ ਕੱਢ ਕੇ ਅੱਗੇ ਰੱਖਦੀ, ਉਹਨੂੰ ਕਹਿੰਦੀ ਹੈ ਕਿ ਸ਼ਰਾਬ ਵੀ ਮਿਲੂ ਤੈਨੂੰ ਖੂਬ, ਜਿੰਨੀ ਤੂੰ ਪੀਣੀ ਓਨੀ ਪੀ। ਉਹ ਇਸ ਸ਼ਰਾਬ ਨੂੰ ਪੀ ਕੇ ਫਿਰ ਉਸਨੂੰ ਕਹਿੰਦਾ ਹੈ ਕਿ ਜਾ ਕਰ ਲੈਂਦਾ ਰਿਸ਼ਤਾ, ਕੋਈ ਨਹੀਂ ਤੂੰ ਆਈ ਹੈ, ਮੋੜਦਾ ਨਹੀਂ ਹੁਣ ਮੈਂ।
ਸ਼ਰਾਬ ਨਾਲ ਰੱਜਿਆ ਹੋਇਆ ਮਾੜੂ ਆਪਣੀ ਤਾਰੋ ਨੂੰ ਆਵਾਜ਼ਾਂ ਉੱਚ ਉੱਚ ਮਾਰਦਾ ਜਾ ਰਿਹਾ ਹੈ ਅਤੇ ਉਹ ਆਉਂਦੀ ਹੈ ਪੁੱਛ ਰਹੀ ਹੈ ਕੀ ਗੱਲ ਹੈ ਮਾਮਾ ਤੂੰ ਇੰਨੀ ਸ਼ਰਾਬ ਪੀ ਕੇ ਉੱਚ ਉੱਚ ਆਵਾਜ਼ ਕਿਉਂ ਮਾਰ ਰਿਹਾ ਉਸ ਨੂੰ ਲਈ ਜਾ ਰਿਹਾ ਹੈ ਖਿੱਚ ਖਿੱਚ ਕੇ ਲੈ ਕੇ ਜਾ ਰਿਹਾ ਹੈ ਝੰਡੂ ਜੋ ਕਿ ਮਾੜੂ ਦਾ ਨੌਕਰ ਹੈ ਉਸ ਨੂੰ ਬੋਲ ਰਿਹਾ ਹੈ ਕਿ ਕਿਉਂ ਕੁੜੀ ਨਾਲ ਇੱਦਾਂ ਧੱਕਾ ਕਰ ਰਿਹਾ ਖਿੱਚ ਕੇ ਕਿਉਂ ਲੈ ਕੇ ਜਾ ਰਿਹਾ ਉਹ ਕਹਿੰਦਾ ਕੁੜੀ ਤੇਰੀ ਨਹੀਂ ਹੈ ਮੇਰੀ ਹੈ ਮੈਂ ਜੋ ਮਰਜ਼ੀ ਕਰਾਂ ਕੁਝ ਕੁ ਦਿਨਾਂ ਬਾਅਦ ਉਹਨਾਂ ਦੇ ਘਰ ਸ਼ਹਿਨਾਈਆਂ ਵੱਜ ਰਹੀਆਂ ਨੇ ਕਿੱਧਰੇ ਭੰਗੜੇ ਪੈ ਰਹੇ ਨੇ ਕਿੱਧਰ ਗਿੱਧਾ ਪੈ ਰਿਹਾ ਗਾਉਣ ਵਾਲੇ ਬਿਠਾਏ ਹੋਏ ਨੇ ਕੁੜੀਆਂ ਹੱਸ ਖੇਡ ਰਹੀਆਂ ਨੇ ਉੱਧਰੋਂ ਜੋ ਕਿ ਉਸਦਾ ਮਾਮਾ ਉਸ ਲਈ ਟੂੰਬਾ ਲੈ ਕੇ ਆਇਆ ਹੋਇਆ ਤਾਰੋ ਦੀਆਂ ਤਾਰੋ ਨੂੰ ਬੋਲਦਾ ਇਹ ਤੇਰੇ ਲਈ ਟੂੰਬਾ ਨੇ ਜੋ ਕਿ ਮੈਂ ਬਣਵਾ ਕੇ ਰੱਖੀਆਂ ਹੋਈਆਂ ਹੈ ਇਹ ਲੈ ਸਾਂਭ ਕੇ ਰੱਖ ਤੇਰੇ ਲਈ ਹੈ ਟੂੰਬਾ ਅਤੇ ਉਹ ਕਹਿ ਰਹੀ ਹੈ ਕਿ ਮਾਮਾ ਕਾਹਦੇ ਲਈ ਹੈ ਕਹਿ ਰਿਹਾ ਤੇਰਾ ਵਿਆਹ ਹੈ ਇਸ ਲਈ ਹੈ ਅਤੇ ਉਹ ਕਹਿ ਰਹੀ ਮਾਮਾ ਮੈਂ ਨਹੀਂ ਵਿਆਹ ਕਰਾਉਣਾ ਕਹਿੰਦਾ ਕਿਉਂ ਨਹੀਂ ਕਰਾਉਣਾ ਤੂੰ ਵਿਆਹ ਇਹ ਤਾਂ ਕਰਾਉਣਾ ਪੈਣਾ ਹੈ ਤਾਰੋ ਨੇ ਇੱਕੋ ਰੱਟ ਲਾਈ ਹੋਈ ਕਿ ਮਾਮਾ ਮੈਂ ਵਿਆਹ ਨਹੀਂ ਕਰਾਉਣਾ ਮੈਂ ਹੱਲੇ ਵਿਆਹ ਨਹੀਂ ਕਰਾਉਣਾ ਅਤੇ ਉਹਦਾ ਮਾਮੇ ਨੂੰ ਗੁੱਸਾ ਚੜ੍ਹਦਾ ਹੈ ਉਸ ਨੂੰ ਸੁੱਟ ਦਿੰਦਾ ਹੈ ਅਤੇ ਕਹਿੰਦਾ ਹੈ ਇਹਨੂੰ ਤਿਆਰ ਕਰੋ ਵਿਆਹ ਕਿੱਦਾਂ ਨਹੀਂ ਹੋਣਾ ਇਹਦਾ ਚਿੰਨੂ ਤਾਂਬਾ ਵੀ ਉੱਥੇ ਪਹੁੰਚ ਜਾਂਦੀ ਤਾਂਬਾ ਉਹਨੂੰ ਸਮਝਾਉਣ ਲੱਗ ਪੈਂਦੀ ਹੈ ਇੱਦਾਂ ਨਹੀਂ ਬੋਲੀਦਾ ਇੱਕ ਨਾ ਇੱਕ ਦਿਨ ਆਪਣੇ ਘਰ ਜਾਣਾ ਪੈਂਦਾ ਹੈ ਉਹ ਉਸ ਨੂੰ ਬੋਲਦੀ ਹੈ ਕਿ ਮੈਂ ਬਹੁਤ ਦੁਖੀ ਹਾਂ ਮੈਨੂੰ ਹੋਰ ਦੁਖੀ ਨਾ ਕਰੋ ਅਤੇ ਉਸ ਨੂੰ ਕਹਿੰਦੀ ਮੈਂ ਵਿਆਹ ਨਹੀਂ ਕਰਾਉਣਾ ਮਾਮਾ ਉਹਦਾ ਚੱਲ ਧੱਕੇ ਨਾਲ ਉਹਨੂੰ ਚੁੰਨੀ ਦੇ ਦਿੰਦਾ ਹੈ ਅਤੇ ਕਲੀਰੇ ਧੱਕੇ ਨਾਲ ਪਾ ਦਿੰਦੇ ਨੇ ਉਸ ਨੂੰ ਤਿਆਰ ਕੀਤਾ ਜਾਂਦਾ ਵਿਆਹ ਲਈ ਉਸ ਦੀਆਂ ਸਖੀਆਂ ਨੂੰ ਵੀ ਬੁਲਾਇਆ ਜਾਂਦਾ ਹੈ ਅਤੇ ਉਸ ਤਿਆਰ ਹੋ ਜਾਂਦੀ ਹੈ ਅਤੇ ਬਹੁਤ ਜ਼ਿਆਦਾ ਰੋਂਦੀ ਹੈ ਉਹ ਕਲੀਰੇ ਦੇਖ ਦੇਖ ਕੇ ਬਹੁਤ ਜ਼ਿਆਦਾ ਰੋਂਦੀ ਹੈ ਉਸ ਤੋਂ ਬਾਅਦ ਉੱਧਰੋਂ ਬਰਾਤ ਵੀ ਆ ਜਾਂਦੀ ਹੈ ਨੱਚਦੇ ਨੱਚਦੇ ਹੋਏ ਬਰਾਤ ਆਉਂਦੀ ਹੈ ਮਿਲਣੀ ਹੁੰਦੀ ਹੈ ਆਪਸ 'ਚ ਮੇਲ ਮਿਲਾਪ ਹੁੰਦਾ ਹੈ ਉਹਨਾਂ ਦਾ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਮਿਲਣੀ ਤੋਂ ਬਾਅਦ ਉਹਦਾ ਵਿਆਹ ਹੋ ਜਾਂਦਾ ਹੈ ਬਰਾਤੀ ਆਉਂਦੇ ਨੇ ਇਸ ਤੋਂ ਬਾਅਦ ਉਹਦਾ ਮਾਮਾ ਜੋ ਕਿ ਤਾਰੋ ਦਾ ਉਹਦਾ ਹੱਥ ਫੜਾ ਦਿੰਦਾ ਉਸਦੇ ਮੱਘਰ ਦੇ ਹੱਥ ਵਿੱਚ ਅਤੇ ਉਹ ਇੱਥੋਂ ਚਲੇ ਜਾਂਦੇ ਨੇ ਇੰਨੇ ਚਿਰ ਨੂੰ ਮਾਂ ਪੁੱਤ ਲੜ ਰਹੇ ਹੁੰਦੇ ਨੇ ਤਾਰੋ ਭੱਜੀ ਭੱਜੀ ਆਉਂਦੀ ਹੈ ਅਤੇ ਬੋਲਦੀ ਹੈ ਕਿ ਮੈਨੂੰ ਲੈ ਜਾ ਚੱਲ ਚੱਲ ਭੱਜ ਚੱਲੀਏ ਅਤੇ ਉਸਦੀ ਮਾਂ ਰੋਕਦੀ ਹੈ ਅਤੇ ਉਹ ਦੋਨੋਂ ਹੀ ਭੱਜ ਜਾਂਦੇ ਆ ਅਤੇ ਉਸਦਾ ਮੱਘਰ ਉਹਦਾ ਘਰ ਵਾਲਾ ਉਹਨਾਂ ਨੂੰ ਲੱਭ ਲੈਂਦਾ ਹੈ ਦੋਨਾਂ ਨੂੰ ਅਤੇ ਉਸ ਨੂੰ ਮਾਰ ਕੁੱਟ ਕਰਦੇ ਆ ਮੱਘਰ ਬਚਨੇ ਨੂੰ ਬੋਲਦਾ ਹੈ ਕਿ ਤੇਰੀ ਹਿੰਮਤ ਕਿੱਦਾਂ ਹੋਈ ਮੇਰੀ ਘਰ ਵਾਲੀ ਨੂੰ ਭਜਾਉਣ ਦੀ ਤਾਰੋ ਭੱਜੀ ਭੱਜੀ ਨੇ ਹਾਲੀ ਕੁੱਲ ਜਾਂਦੀ ਉਸ ਨੂੰ ਬੋਲਦੀ ਹੈ ਕਿ ਬੱਚੇ ਨੇ ਇਹਨੂੰ ਮਾਰ ਦਿੱਤਾ ਉਹ